ਸਭ ਤੋਂ ਪਹਿਲੇ ਜਿੰਨੇ ਵੀ ਪ੍ਰੈਸ ਵਾਲੇ ਵੀਰ ਆਏ ਨੇ ਸਾਰਿਆਂ ਦਾ ਹੀ ਦੋਵਾਂ ਫਰੰਟਾਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹਦੇ ਵਿੱਚ ਜਿਹੜੀ ਅੱਜ ਮੀਟਿੰਗ ਦੇ ਵਿੱਚ ਅਸੀਂ ਜੋ ਫੈਸਲਾ ਲਿਆ ਹੈਗਾ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਪਰਸੋਂ ਜਿਹੜਾ ਸ਼ੁਭਕਰਨ ਦਾ ਭੋਗ ਹੈ ਉੱਥੇ ਜਨਤਕ ਇਕੱਠ ਹੋਏਗਾ ਵੱਡਾ, ਔਰ ਉਸ ਇਕੱਠ ਦੇ ਵਿੱਚ ਜਿਹੜੇ ਅਗਲੀਆਂ ਕੌਲਾਂ ਹੈਗੀਆਂ ਉਹਦੇ ਬਾਰੇ ਉਹ ਜਨਤਕ ਇਕੱਠ ਦੇ ਵਿੱਚ ਦੱਸਿਆ ਜਾਏਗਾ ਤਾਂ ਕਿ ਉੱਥੇ ਭਰਮਾ ਇਕੱਠ ਹੋਊਗਾ ਤੇ ਉਹ ਪ੍ਰਭਾਵਸ਼ਾਲੀ ਹੋਵੇ। ਸੋ ਜੋ ਅੱਜ ਦਾ ਐਲਾਨ ਕਰਨਾ ਹੈ ਉਹ ਮੈਂ ਮੇਰੇ ਨਾਲ ਸਾਥੀ ਬੈਠੇ ਨੇ ਲੌਂਗੋਵਾਲ ਸਾਹਿਬ, ਕਿਉਂਕਿ ਸਾਰੇ ਸਾਥੀ ਬੈਠੇ ਨੇ, ਪਰਮਜੀਤ ਜੀ ਨੇ ਮੱਧ ਪ੍ਰਦੇਸ਼ ਤੋਂ, ਰਾਜਸਥਾਨ ਤੋਂ ਰਣਜੀਤ ਰਾਜੂ ਜੀ ਨੇ, ਸੋ ਜਸਵਿੰਦਰ ਸਿੰਘ ਲੌਂਗੋਵਾਲ ਨੇ, ਮੇਰੇ ਨਾਲ ਬਲਦੇਵ ਸਿੰਘ ਜੀਰਾ ਜੀ ਨੇ ਤੇ ਸਾਥੀ ਮਨਜੀਤ ਸਿੰਘ ਕੁਮਾਨ ਬੈਠੇ ਨੇ। ਸੋ ਮੈਂ ਬੇਨਤੀ ਕਰਾਂਗਾ ਲੌਂਗੋਵਾਲ ਸਾਹਿਬ ਨੂੰ, ਜਿਸ ਤਰ੍ਹਾਂ ਅੱਜ ਦੀ ਪ੍ਰੈਸ ਕਾਨਫਰੰਸ ਦੀ ਗੱਲ ਹੈਗੀ ਹੈ, ਵਿਸ਼ੇਸ਼ ਤੌਰ ਤੇ ਅੱਜ ਦਾ ਮੁੱਖ ਏਜੰਡੇ ਦੇ ਤੌਰ ਤੇ ਆਪਾਂ ਗੱਲ ਕਰੀਏ, ਦੋਨੇ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਕਾਫੀ ਲੰਮੀਆਂ ਚੌੜੀਆਂ ਮੀਟਿੰਗਾਂ ਕਰਨ ਤੋਂ ਬਾਅਦ, ਕਿਉਂਕਿ ਜਿਸ ਤਰ੍ਹਾਂ ਦਾ ਸਾਡੇ ਉੱਤੇ ਇੱਕ ਉਹ ਦਿਨ ਤੇ ਦੌਰ ਚੱਲ ਰਿਹਾ ਸੀ, ਯਾਨੀ ਅਸੀਂ ਲਗਾਤਾਰ ਸਦਮੇ ਦੇ ਨਾਲ ਸਾਰੇ ਜੂਝ ਰਹੇ ਸੀ, ਸਾਡਾ ਨੌਜਵਾਨ ਸ਼ੁਭਕਰਨ ਸਿੰਘ ਜਿਨ੍ਹਾਂ ਦੀ ਸਰਕਾਰ ਦੀ ਗੋਲੀ ਦੇ ਨਾਲ ਮੌਤ ਹੋ ਗਈ ਸੀ ਤੇ ਅਸੀਂ ਲਗਾਤਾਰ ਉਸ ਜਬਰ ਨੂੰ ਝੱਲ ਰਹੇ ਸੀ, ਉਹਨਾਂ ਦੀ ਲਗਾਤਾਰ ਡੈੱਡ ਬੋਡੀ ਹਫ਼ਤਾ ਭਰ ਹਸਪਤਾਲ ਦੇ ਵਿੱਚ ਮੋਰਚਰੀ ਦੇ ਵਿੱਚ ਪਈ ਰਹੀ। ਸੋ ਉਹਨਾਂ ਦਾ ਕੱਲ ਸੰਸਕਾਰ ਸੀ, ਸੰਸਕਾਰ ਤੋਂ ਬਾਅਦ 3 ਤਰੀਕ ਦਾ ਭੋਗ ਸਮਾਗਮ ਜਿਹੜਾ ਰੱਖਿਆ ਹੈਗਾ, ਉਸ ਕਰਕੇ ਸਾਰੀਆਂ ਲੀਡਰਸ਼ਿਪ ਤੇ ਵਜਨ ਤੇ ਜ਼ਿੰਮੇਵਾਰੀਆਂ ਜਿਹੜੀਆਂ ਵਧੀਆਂ ਹੋਈਆਂ ਸੀ। ਇਸ ਜ਼ਿੰਮੇਵਾਰੀਆਂ ਦੇ ਬਾਵਜੂਦ ਅਸੀਂ ਨੇ ਫਿਰ ਵੀ ਵਿਚਾਰ ਚਰਚਾ ਕਰਕੇ ਅੱਜ ਸਾਰਿਆਂ ਨਾਲ ਥੱਲੇ ਤੱਕ ਲੋਕਾਂ ਨਾਲ ਜਿਹੜਾ ਰਾਬਤਾ ਕਰਨ ਤੋਂ ਬਾਅਦ ਜਿਹੜੀ ਵਿਚਾਰ ਚਰਚਾ ਸਿੱਟਾ ਕੱਢ ਕੇ ਇਸ ਸਿੱਟੇ ਤੇ ਪੁੱਜਿਆਂ, ਕਿਉਂਕਿ ਬੜੀ ਬੇਸਬਰੀ ਦੇ ਨਾਲ ਅੜੀਕ ਸੀ ਦੋਨੇ ਮੋਰਚੇ ਜਿਹੜੇ ਲੱਗੇ ਹੋਏ ਐ, ਦੋਨੇ ਵਾਰਡਰਾਂ ਤੇ ਭਾਵੇਂ ਸੰਭੂ ਤੇ ਕਿਸਾਨ ਬੈਠੇ ਆ, ਭਾਵੇਂ ਖਨੌਰੀ ਬੈਠੇ ਆ, ਭਾਵੇਂ ਵੱਖ ਵੱਖ ਧਰਨਿਆਂ ਤੇ ਇਸ ਅੰਦੋਲਨ ਨਾਲ ਜੁੜੇ ਲੋਕ ਸੀ ਜਿਹੜੇ ਉਹ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਸੀ ਕਿ ਅਗਲੇ ਪ੍ਰੋਗਰਾਮਾਂ ਦਾ ਕੀ ਐਲਾਨ ਹੋਵੇਗਾ, ਤੇ ਵਾਰ ਵਾਰ ਪ੍ਰੈਸ ਵਾਲੇ ਵੀ ਸਾਨੂੰ ਸਵਾਲ ਕਰ ਰਹੇ ਸੀ। ਸੋ ਕਾਫੀ ਚਰਚਾ ਤੋਂ ਬਾਅਦ ਅਸੀਂ ਇਸ ਸਿੱਟੇ ਤੇ ਪੁੱਜੇ ਹਾਂ ਕਿ ਕੇਂਦਰ ਸਰਕਾਰ ਦਾ ਜਿਹੜਾ ਜਬਰ ਹੈ ਉਹ ਜਬਰ ਇੱਕ ਹੁੰਦਾ ਹੈ ਕੋਈ ਅਥਰੂ ਗੈਸ ਦੇ ਗੋਲੇ ਛੱਡ ਤੇ ਕੋਈ ਹਲਕੀ ਫੁਲਕੀ ਲਾਠੀ ਚਾਰਜ ਹੋ ਗਿਆ, ਪਰ ਇਸ ਤਰ੍ਹਾਂ ਦਾ ਜਬਰ ਦੇਖਣ ਨੂੰ ਮਿਲਿਆ ਕਿ ਸਾਡੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਗੋਲੀਆਂ ਦੇ ਨਾਲ ਸ਼ਹੀਦ ਕਰਨਾ ਤੇ ਇਸ ਤਰ੍ਹਾਂ ਦੀ ਜ਼ਹਿਰੀਲੀ ਗੈਸ ਜਿਹਦੇ ਨਾਲ ਹਾਰਟ ਅਟੈਕ ਵਰਗੀਆਂ ਸਮੱਸਿਆਵਾਂ ਸਾਡੇ ਇਹ ਕਿਸਾਨ ਭਰਾਵਾਂ ਨੂੰ ਬਾਰਡਰਾਂ ਤੇ ਬੈਠਿਆਂ ਨੂੰ ਦੇਖਣ ਨੂੰ ਮਿਲੀਆਂ ਜਿਨ੍ਹਾਂ ਦੇ ਨਾਲ ਮੌਤਾਂ ਹੋਈਆਂ। ਇਸ ਤਰ੍ਹਾਂ ਦੇ ਜਬਰ ਨੂੰ ਰੋਕਣ ਲਈ ਤੇ ਸਰਕਾਰ ਦੇ ਉਸ ਇਹ ਜਬਰੀ ਹੱਲੇ ਨੂੰ ਪੁੱਠਾ ਮੋੜਨ ਲਈ ਅਸੀਂ ਫੈਸਲਾ ਲਿਆ ਕਿ ਅਸੀਂ ਉਦੋਂ ਦਿੱਲੀ ਜਾਵਾਂਗੇ ਜਦੋਂ ਸਰਕਾਰ ਇਸ ਜਬਰ ਤੋਂ ਵਾਪਸ ਮੁੜੂਗੀ। ਇਸ ਜਬਰ ਤੋਂ ਵਾਪਸ ਮੋੜਨ ਲਈ ਅਸੀਂ ਲੰਮੇ ਦਾ ਤੋਂ ਲੜਾਈ ਸੰਘਰਸ਼ ਇਹਨਾਂ ਦੋਨੇ ਵਾਰਡਰਾਂ ਦੇ ਉੱਤੇ ਬਹਿ ਕੇ ਹੋਰ ਤਿੱਖਾ ਕਰਾਂਗੇ, ਇਹ ਫੈਸਲਾ ਕੀਤਾ ਹੈਗਾ। ਇਸ ਤਿੱਖਾ ਸੰਘਰਸ਼ ਕਰਨ ਦੇ ਐਲਾਨ ਵਜੋਂ ਪਹਿਲਾ ਜਿਹੜਾ ਐਲਾਨ ਅੱਜ ਦੀ ਅਸੀਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਰਨ ਜਾ ਰਹੇ ਹਾਂ, ਅਸੀਂ ਵਾਰਡਰਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਹੈਗਾ ਕਿ ਜਿਸ ਤਰ੍ਹਾਂ 2 ਖਨੌਰੀ ਤੇ ਸੰਭੂ ਵਾਰਡਰ ਤੇ ਕਿਸਾਨ ਡਟੇ ਹੋਏ ਹੈ, ਇਸੇ ਤਰ੍ਹਾਂ ਹੀ ਅਸੀਂ ਦੇਸ਼ ਦੇ ਕਿਸਾਨਾਂ ਨੂੰ ਅਪੀਲ ਕਰਾਂਗੇ ਕਿ ਜਿਹੜੇ ਹੋਰ ਦਿੱਲੀ ਨੂੰ ਆਉਂਦੇ ਰਸਤੇ ਹੈ ਵਾਰਡਰ ਹੈ ਉਹਨੂੰ ਵਧਾਉਣ ਦਾ ਫੈਸਲਾ ਲਿਆ ਹੈਗਾ ਦੋਨੋਂ ਮੋਰਚਿਆਂ ਨੇ। ਉਹਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ 3 ਤਰੀਕ ਨੂੰ ਜਿਹੜਾ ਭੋਗ ਸਮਾਗਮ ਹੈ ਸ਼ੁਭਕਰਨ ਸਿੰਘ ਦਾ, ਉਸ ਤੋਂ ਬਾਅਦ ਡੱਬ ਵਾਲੀ ਬਾਰਡਰ ਤੋਂ
ਅਸੀਂ ਬਾਰਡਰਾਂ ਦੇ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈਗਾ, ਜਿਸ 'ਚ ਵੱਡੀ ਗਿਣਤੀ ਕਿਸਾਨ ਨੇ ਜਿਹੜੇ ਉਹ ਉਹਨਾਂ ਬਾਰਡਰਾਂ ਤੇ ਜਿਵੇਂ ਇੱਥੇ ਕਿਸਾਨ ਬੈਠੇ ਆ ਉੱਥੇ ਜੇ ਸਰਕਾਰ ਉਹਨਾਂ ਨੂੰ ਰੋਕੂਗੀ ਤਾਂ ਉੱਥੇ ਰੋਕਣਗੇ। ਫੈਸਲਾ ਜਦੋਂ ਅਗਲਾ ਕੋਈ ਐਲਾਨ ਹੋਊਗਾ ਤਾਂ ਉਹ ਇੱਕੋ ਦਮ ਸਾਰੇ ਥਾਵਾਂ ਤੇ ਹੋ ਸਕਦਾ ਹੈ, ਇਹ ਗੱਲ ਹੈਗੀ ਹੈ। ਦੂਜਾ ਜਿਹੜਾ ਹੋਰ ਕਈ ਪ੍ਰੋਗਰਾਮ ਲਿਖੇ ਹੈ, ਇਕੱਲੇ ਇਸ ਪ੍ਰੋਗਰਾਮਾਂ ਤੱਕ ਅਸੀਂ ਸੀਮਤ ਨਹੀਂ, ਉਹਨਾਂ ਪ੍ਰੋਗਰਾਮਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਐਲਾਨ ਸਾਡੇ ਉਸ ਸ਼ਹੀਦ ਸ਼ੁਭਕਰਨ ਦੇ ਭੋਗ ਸਮਾਗਮ ਦੇ ਉੱਤੇ ਅਹਿਦ ਲੈ ਕੇ ਕਿ ਜਿਹੜੀਆਂ ਮੰਗਾਂ ਤੇ ਜਿਹੜੇ ਮਸਲਿਆਂ ਖਾਤਰ ਸ਼ੁਭਕਰਨ ਸਾਥੋਂ ਸਾਡੀਆਂ ਰਾਜ ਕਰਦੀਆਂ ਸਰਕਾਰਾਂ ਨੇ ਖੋਹ ਲਿਆ, ਉਹਦੇ ਤੱਕ ਅਸੀਂ ਕਿੱਡੀ ਲੰਬੀ ਲੜਾਈ ਲੜਨ ਲਈ ਤਿਆਰ ਪਰ ਤਿਆਰ ਹਾਂ। ਉੱਥੇ ਤੱਕ ਜਾਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਤੇ ਮਸਲੇ ਪੂਰੇ ਨਹੀਂ ਹੋ ਜਾਂਦੇ। ਉਸ ਦਿਨ ਵੱਡਾ ਇਕੱਠ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਹਜ਼ਾਰਾਂ ਲੱਖਾਂ ਤੱਕ ਵੀ ਇਕੱਠ ਹੋ ਜਾ ਸਕਦਾ ਹੈ, ਉਹ ਵੱਡੇ ਇਕੱਠ 'ਚ ਦੇਸ਼ ਦੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਤਕੜੇ ਹੋਵੋ। ਇਸ ਸਰਕਾਰ ਦਾ ਜਵਾਬ ਜਿਹੜਾ ਸਾਡੇ ਤੇ ਜ਼ਬਰ ਢਾਲਿਆ ਉਹ ਵੀ, ਤੇ ਜਿਹੜਾ ਲੰਬੇ ਸਮੇਂ ਤੋਂ ਸਾਡੇ ਦੇਸ਼ ਦੀ ਕਿਸਾਨੀ ਆਰਥਿਕ ਸੰਕਟਾਂ ਦੇ ਨਾਲ ਜੂਝ ਰਹੀ ਹੈ, ਇਹ ਗੰਭੀਰ ਸੰਕਟਾਂ 'ਚੋਂ ਨਿਕਲਣ ਲਈ ਇਕਜੁੱਟ ਹੋ ਕੇ ਵੱਡਾ ਹੰਭਲਾ ਮਾਰਨ ਦੇ ਐਲਾਨ ਉੱਥੋਂ ਹੋਣਗੇ। ਉਹ ਇਸ ਤਰ੍ਹਾਂ ਦੇ ਐਲਾਨ ਹੋਣਗੇ, ਸਰਕਾਰ ਨੂੰ ਸਾਡੀਆਂ ਮੰਗਾਂ ਮਨਾਉਣ ਲਈ ਅਸੀਂ ਮਜਬੂਰ ਕਰਾਂਗੇ। ਇੱਕ ਬਲਦੇਵ ਜੀ ਰਾਜ, ਕੱਲ ਨੌਜਵਾਨਾਂ ਦਾ ਵੱਡਾ ਜਥਾ ਤੇ ਪੰਜਾਬੀ ਕਲਾਕਾਰ ਜਿਨ੍ਹਾਂ ਨੇ ਆਪਣੇ ਪਿਛਲੇ ਦਿੱਲੀ ਮੋਰਚੇ ਦੇ ਵਿੱਚ ਵੀ ਆਪਾਂ ਨੂੰ ਬਹੁਤ ਸਹਿਯੋਗ ਦਿੱਤਾ ਸੀ, ਉਹ ਚੰਡੀਗੜ੍ਹ ਤੋਂ ਚੱਲ ਕੇ ਮੋਹਾਲੀ ਤੋਂ ਚੱਲ ਕੇ ਕੱਲ ਬਹੁਤ ਵੱਡੇ ਪੱਧਰ ਤੇ ਇੱਥੇ ਆਪਣੇ ਮੋਰਚੇ 'ਚ ਪਹੁੰਚ ਰਹੇ ਆ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਅਗਲੀ ਗੱਲ ਇਹ ਵੀ ਇਹ ਬਾਰਡਰ ਖੋਲਣ ਵਾਲਾ ਜਿਹੜਾ ਉਹ ਡੱਬ ਵਾਲੀ ਤੋਂ ਸਿਰਫ ਸ਼ੁਰੂਆਤ ਕਰ ਰਹੇ ਹਾਂ ਅਸੀਂ, ਉਸ ਤੋਂ ਗਾਂ ਵੱਖ ਵੱਖ ਸੂਬਿਆਂ ਦੇ ਵਿੱਚੋਂ ਲਗਾਤਾਰ ਸਾਡੀ ਗੱਲਬਾਤ ਜਾਰੀ ਹੈ। ਜਿਵੇਂ ਪਿਛਲੇ ਅੰਦੋਲਨ ਦੇ ਵਿੱਚ ਆਪਾਂ ਕਈ ਬਾਰਡਰਾਂ ਤੇ ਬੈਠੇ ਸੀ, ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਇਹ ਜਿਹੜੇ ਬਾਰਡਰਾਂ ਦੀ ਗਿਣਤੀ ਆ ਹੋਰ ਵਧੂ। ਸੋ ਘੋਲ ਲਗਾਤਾਰ ਆਪਣਾ ਫੈਲ ਰਿਹਾ ਵਾ ਤੇ ਚੜ੍ਹਦੀ ਕਲਾ 'ਚ ਆ, ਉਮੀਦ ਕਰਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਾਰਡਰਾਂ ਦੀ ਗਿਣਤੀ ਵੀ ਦੁੱਗਣੀ ਤਿੱਗਣੀ ਹੋਜੂਗੀ ਤੇ ਜਿਹੜੇ ਆਪਣੇ ਇੱਥੇ ਘੋਲਾਂ ਦੇ ਉੱਤੇ ਜਿਹੜੀ ਗਿਣਤੀ ਆ ਜਿਹੜੀ ਬੈਠੀ ਆ, ਕਿਉਂਕਿ ਬੀਬੀਆਂ ਔਰਤਾਂ ਪਿੱਛੋਂ ਆਪਾਂ ਨੂੰ ਲਗਾਤਾਰ ਕਹਿ ਰਹੀਆਂ ਵੀ ਅਸੀਂ ਆਉਣਾ ਚਾਹੁੰਦੀਆਂ ਵਾ ਮੋਰਚਿਆਂ ਦੇ ਉੱਤੇ। ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਬੜਾ ਵਧੀਆ, ਜਿਵੇਂ ਪਹਿਲਾਂ ਸਿੰਘੂ ਬਾਰਡਰ ਤੇ ਬਣਿਆ ਸੀਗਾ ਉਸੇ ਤਰ੍ਹਾਂ ਦਾ ਮਾਹੌਲ ਇੱਥੇ ਬਣ ਗਿਆ। ਸੋ ਇੱਥੇ ਵੀ ਗਿਣਤੀ ਹਜ਼ਾਰਾਂ 'ਚ ਜਾਊਗੀ ਤੇ ਖਨੌਰੀ ਵੀ ਤੇ ਡੱਬ ਵਾਲੀ ਵੀ, ਉੱਥੇ ਵੀ ਟਰਾਲੀਆਂ ਦੀ ਗਿਣਤੀ ਵੀ, ਆਮ ਲੋਕਾਂ ਦੀ ਗਿਣਤੀ ਵੀ, ਆਂਢ ਗੁਆਂਢ ਪਿੰਡਾਂ ਵਾਲਿਆਂ ਦੀ ਵੀ, ਤੇ ਜਿਹੜੇ ਦੂਜੀਆਂ ਸਟੇਟਾਂ 'ਚ ਅਸੀਂ ਲਗਾਤਾਰ ਗੱਲਬਾਤ ਕਰ ਰਹੇ ਹਾਂ ਉੱਥੇ ਵੀ ਇਹੋ ਜਿਹਾ ਮਾਹੌਲ ਬਣਾਵਾਂਗੇ। ਰਣਜੀਤ ਰਾਜੂ ਜੀ, ਸਾਥੀਓ ਇੱਕ ਮਿੰਟ ਜੀ, ਸਾਥੀਓ ਆਪਨੇ ਦੇਖਾ ਹੋਗਾ ਜਬ ਵੀ ਚੰਡੀਗੜ੍ਹ ਮੇਂ ਸਰਕਾਰ ਸੇ ਵਾਰਤਾ ਹੋਈ, ਵਾਰਤਾ ਸ਼ਾਮ ਕੋ ਸ਼ੁਰੂ ਕਰਤੇ ਥੇ ਔਰ ਰਾਤ ਕੋ 2 ਵਜੇ ਤੱਕ ਵਾਰਤਾ ਚਲਤੀ ਥੀ। ਸਰ ਕਿਆ ਉਦੇਸ਼ਯ ਕਿਆ ਥਾ ਵੀ ਤਾਕਿ ਇਨਕੀ ਖਬਰ ਪ੍ਰੈਸ ਮੇਂ ਨਾ ਆਏ, ਔਰ ਜਬ ਆਪਕੇ ਪ੍ਰਿੰਟ ਮੀਡੀਆ ਔਰ ਇਲੈਕਟ੍ਰੋਨਿਕ ਮੀਡੀਆ ਹਮਾਰੇ ਸਾਹਮਣੇ ਖੜਾ ਹੋਤਾ ਥਾ ਔਰ ਹਮ ਉਸਮੇ ਅਨਾਊਂਸ ਕਰੇਂਗੇ ਤੋ ਕਮ ਸੇ ਕਮ ਲੋਗੋਂ ਕੋ ਪਤਾ ਚਲੇ। ਉਸੀ ਤਰੀਕੇ ਸੇ ਜਬ ਸਰਕਾਰ ਕੋ ਪਤਾ ਥਾ 29 ਤਰੀਕ ਕੋ ਮੋਰਚੇ ਸੇ ਬੜਾ ਐਲਾਨ ਹੋਗਾ ਤੋ ਇਨ੍ਹੋਂਨੇ ਏਕ ਦਿਨ ਪਹਿਲੇ ਰਾਤ ਕੋ ਸ਼ੁਭਕਰਨ ਕੀ FIR ਦਰਜ ਕਰ ਦੀ। ਯੇ ਇੱਕ ਇਨਕਾ ਸ਼ਡਯੰਤਰ ਥਾ ਹਮਾਰੇ ਐਲਾਨ ਕੋ ਡਿਲੀਲ ਕਰਨੇ ਕਾ ਇਨਕਾ ਤਰੀਕਾ ਥਾ। ਯੇ ਕਿਤਨੇ ਤਰੀਕੇ ਅਪਣਾ ਲੇ ਲੇਕਿਨ ਸੰਘਰਸ਼ ਕੋ ਜੇ ਡੀਰੇਲ ਨਹੀਂ ਕਰ ਸਕਤੇ, ਸੰਘਰਸ਼ ਜਾਰੀ ਹੈ। ਜਿਸ ਜੀਰਾ ਬਾਈ ਨੇ ਕਹਾ ਆਉਣ ਵਾਲੇ ਦਿਨੋਂ ਮੇਂ ਬਾਰਡਰ ਮੇਂ ਕੀ ਵ੍ਰਿਧੀ ਹੋਗੀ। ਔਰ ਡੱਬ ਵਾਲੀ ਬਾਰਡਰ ਪਰ ਮੈਂ ਆਪਕੋ ਬਤਾਨਾ ਚਾਹਤਾ ਹੂੰ, ਆਜ ਸੇ ਆਪ ਕੇਵਲ 2 ਬਾਰਡਰ ਕਾ ਨਾਮ ਮਤ ਲੀਜੀਏ, ਆਜ ਸੇ 3 ਬਾਰਡਰ ਕਾ ਨਾਮ ਲੈਣਾ ਸ਼ੁਰੂ ਕਰ ਦੀਏ, ਸ਼ੰਭੂ ਖਨੌਰੀ ਡੱਬ ਵਾਲੀ, ਕਿਉਂਕਿ ਡੱਬ ਵਾਲੀ ਪਰ ਵੀ ਕਿਸਾਨ ਆਪਣੇ ਸਤਰ ਪਰ ਡਟੇ ਹੋਏ ਹੈ। ਕਿਸਾਨ ਵਹਾਂ ਬੈਠੇ, ਜਸਵੀਰ ਸਿੰਘ ਬੱਟੀ ਜੀ ਹਮਾਰੇ ਸਿਰਸਾ ਕੇ ਲੀਡਰ ਹੈ, ਉਹ ਉਨਕੋ ਸੰਭਾਲ ਰਹੇ ਹੈ, ਵਹਾਂ ਬੈਠੇ ਹੋਏ ਹੈ।
इसके आगे मैं आपके माध्यम से पूरे देश को बताना चाहता हूं। कुछ लोग कहते हैं किसान मजदूर आदिवासी ये बिना मतलब से खाली फ्री घूम रहे हैं, जमीन कहीं नहीं जाएगी, जमीन यही रहेगी। मैं बताना चाहता हूं हमारे स्टेट राजस्थान में किसान घर सोया होता है और DRTA कोर्ट के थ्रू जयपुर बैठकर ऑनलाइन नीलामी कर दी जाती है और तहसीलदार हाथों हाथ इंतकाल कर देता है और किसान को पता भी नहीं होता मैं जमीन का मालिक नहीं रहा। और उससे बड़ा षड्यंत्र क्या है, एक भूमाफिया है पूरा जो प्रशासन और साथ मिला हुआ है। 4 करोड़ की प्रॉपर्टी बैंक का 36 लाख भुगतान करना था, सेटलमेंट करके भूमाफिया ने बैंक के साथ और DRTA कोर्ट के थ्रू 25 लाख में वो जमीन दे दी, जबकि उसका DLC रेट भी इससे कहीं ज्यादा था। यानी कि सरकार का एक बहुत बड़ा षड्यंत्र चल रहा है किसानों की जमीन लेने का। हमारी मांग क्या है, अगर वो बैंक वो कोर्ट किसान को बुलाती, किसान को बिठाती तो किसान भी सेटलमेंट करता, अपना घर का सोना बेचता, प्लॉट बेचता, कुछ 2-4 बीघे की जमीन बेचता, 4 करोड़ की जमीन 25 लाख में कभी नहीं देता। ये बहुत बड़ा षड्यंत्र देश भर में चल रहा है, इसलिए मेरा निवेदन है कि जो लोग कह रहे हैं जमीन नहीं जाएगी, जमीन तो जानी शुरू हो गई। परमजीत जी मैं परमजीत सिंह किसान मजदूर मोर्चा से, जैसा कि लोंगवाल जी ने बताया कि जैसे भाई लोग बता रहे थे हिंदी में बोलते, मैं इनका कर देता हूँ कि 3 तारीख को 3 मार्च को शहीद शुभकरण जी का उनके घर पर क्या रखे अंतिम अरदास रखे गए हैं, जिसमें दोनों मोर्चे के लोग, संयुक्त किसान मोर्चा राजनीतिक और किसान मजदूर मोर्चा के सभी पदाधिकारी और जितने भी उनके सदस्य हैं वो सभी लोग वहां पर 3 तारीख को पहुंचेंगे। हमारी शहादत जो हुई है, भले सरकार उसको हमें भुलाने की कोशिश कर रही होगी, लेकिन हम शहीद शुभकरण सिंह को अमर करके रहेंगे। अमर 2 मामलों में है, एक तो हम लोग पहुंच रहे हैं और साथ में उनके नाम से ही ये आंदोलन की जीत भी कहलाएगी, जो अगर हम लोग अगर जीतते हैं इसे तो जीतेंगे भी। एक चीज हम लोग याद दिलाना चाहते हैं कि मकान बनाने के लिए जो सरकार प्रधानमंत्री आवास योजना के तहत पैसा देता है वो 1,40,000 रुपया देते हैं, और हम लोगों ने जो मजदूरों के लिए मांग रखे हैं 200 दिनों की मजदूरी और 700 रुपया पर डे की मजदूरी, वो होता है 1,40,000। हम एक मकान तो पर ईयर बनाने के लिए दे रहे हैं, ऐसी मांग आज तक देश में किसी ने नहीं किया है। ये पहली ऐसी आंदोलन है जो हम लोग पॉलिसी को लेकर किसान आंदोलित हुए हैं, नहीं तो आज तक जितने भी आंदोलन हुए हैं वो पॉलिसी थोपा जाता था, उसको वापस लेने के लिए होते थे। इसलिए ये आंदोलन जो पंजाब हरियाणा के कहा गया है, बहुत जल्द से मैं मध्य प्रदेश से इसको लीड करने वाला हूँ, साथ में बिहार से भी इस आंदोलन को बहुत जल्द दिल्ली की तरफ पैदल या ट्रैक्टर मार्च करेंगे। इसके साथ ही 3 तारीख के बाद जो जैसा भाई ने बताया कि 29 तारीख को जो हमारा जो प्लान था उसको सरकार ने डिले करने के लिए, 21 का जो हमारी प्लान था उसमें बातचीत के द्वारा डिले किया गया पुलिस के द्वारा, ये सारे षड्यंत्र के बावजूद भी 3 तारीख के शुभकरण सिंह जी के अंतिम अरदास के बाद हम लोग बड़ी ऐलान पे जाएंगे। उसके बाद हम ये भी बताना चाह रहे हैं कि पंजाब और हरियाणा के बाद अलग अलग राज्यों से अलग अलग जगह मोर्चे लगेंगे, जैसे अभी 3 जगह लगे हैं, खनौरी बॉर्डर पे, डब पे और यहाँ शंभू बॉर्डर पे, इसी तरह के अलग अलग राज्यों से भी मोर्चे लगना शुरू होंगे। मैं अंत दे विच अखीर च एक मिनट जी, मैं तुहाडे माध्यम राही पूरे देश वासियां नूं अपील करनी चाहुंना कि जिहड़ा साडे
ਮੋਰਚੇ ਦਾ ਸ਼ਹੀਦ ਸ਼ੁਭਕਰਨ ਸਿੰਘ ਪਿੰਡ ਵੱਲੋਂ, ਉਹਦਾ ਵੱਲੋਂ ਪਿੰਡ ਹੈ ਬਠਿੰਡੇ ਦੇ ਵਿੱਚ, ਉੱਥੇ 3 ਤਰੀਕ ਨੂੰ ਅੰਤਿਮ ਅਰਦਾਸ ਹੈ। ਸੋ ਸਾਰੇ ਹੀ ਪੂਰੇ ਭਾਰਤ ਦੇ ਨਾਗਰਿਕਾਂ ਨੂੰ ਬੇਨਤੀ ਹੈ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਤੇ ਖਾਸ ਕਰ ਪੰਜਾਬ ਹਰਿਆਣਾ ਸਾਥੀ ਜਿੰਨੇ ਲਾਗੇ ਹੋ ਆ, ਉੱਥੇ ਵੱਧ ਤੋਂ ਵੱਧ ਸ਼ਮੂਲੀਅਤ ਕਰੀਏ। ਉਸ ਸ਼ਹੀਦ ਨੂੰ ਅਸੀਂ ਸ਼ਰਧਾਂਜਲੀ ਦੇਣ ਵਾਸਤੇ ਆਖਰੀ ਅੰਤਿਮ ਅਰਦਾਸ ਚ ਸਾਰੇ ਸ਼ਾਮਲ ਹੋਈਏ। ਹੁਣ ਕਰੋ ਜੀ ਸਵਾਲ। ਦੇਖੋ ਹਜੇ ਮੈਂ ਕਲੀਅਰ ਕੱਟ ਮੈਂ ਦੇਖੀਏ ਮੈਂ ਬਤਾਨਾ ਚਾਹਤਾ ਹੂੰ ਕਿ 3 ਤਾਰੀਖ ਕੋ ਜੈਸੇ ਹਮਾਰੇ ਸਾਥੀਓ ਨੇ ਬਤਾਇਆ, ਸ਼ੁਭਕਰਨ ਜੀ ਕੀ ਜੋ ਅੰਤਿਮ ਅਰਦਾਸ ਹੈ ਉਸ ਪੇ ਬੜੇ ਐਲਾਨ ਹੋਗੇ, ਤੋ ਉਤਨਾ ਸਮੇ ਆਪ ਦੋ ਰੋਜ਼ ਅਭੀ ਕੋਈ ਔਰ ਐਲਾਨ ਨਹੀਂ ਹੈ, ਇੱਕ ਯਹੀ ਐਲਾਨ ਹੈ ਕਿ ਜੋ ਕਿਉਂਕਿ ਹਮਾਰੇ ਕੁਛ ਸਾਥੀ ਗਏ ਹੈ ਡੱਬ ਵਾਲੀ ਪੇ, ਅਭੀ ਉਸਕੋ ਹਮ ਮੋਰਚਾ ਨਹੀਂ ਕਹਿ ਸਕਤੇ ਕਿ ਲਗਾ ਪੂਰਾ, ਤੋ ਉਸ ਮੋਰਚੇ ਕੋ ਪੱਕਾ ਕਰੇਂਗੇ, ਤਕੜਾ ਕਰੇਂਗੇ, ਔਰ ਵਹਾਂ 3 ਤਾਰੀਖ ਕੇ ਬਾਅਦ, ਤੋ ਯਹੀ ਐਲਾਨ ਹੈ, ਬਾਕੀ ਐਲਾਨ ਸਭ ਅੰਤਿਮ ਅਰਦਾਸ ਕੇ ਬਾਅਦ ਕੀਆ ਜਾਏ। ਬਿਲਕੁਲ ਦੇਖੋ ਇੱਕੋ ਸਟੇਟਮੈਂਟ ਹੈ, ਤੁਸੀਂ ਇਹਨੂੰ ਦੋ ਨਾ ਕਰਕੇ ਵੇਖੋ। ਮੈਂ ਇੱਕੋ ਬੇਨਤੀ ਕਰਾਂ, ਅਸੀਂ ਕਿਹਾ ਕਿ ਡੱਬ ਵਾਲੀ ਨੂੰ ਘੇਰਾਂਗੇ, ਇਹ ਨੀ ਕਿਹਾ ਵੀ ਤੋੜ ਕੇ ਅੱਗੇ ਵਧਾਂਗੇ। ਉਹ ਅਸੀਂ ਕਿਹਾ ਵੀ ਦਿੱਲੀ ਜਾਣ ਦਾ ਪ੍ਰੋਗਰਾਮ ਸਾਡਾ ਖਤਮ ਨਹੀਂ ਹੋਇਆ, ਅਸੀਂ ਸਰਕਾਰ ਨੂੰ ਕਹਿੰਦੇ ਹਾਂ ਸਾਨੂੰ ਪੀਸਫੁਲੀ ਦਿੱਲੀ ਜਾਣ ਦੇਵੋ, ਪਰ ਅਸੀਂ ਉਹਨਾਂ ਦੇ ਕੋਲ ਗੋਲੀਆਂ ਹਥਿਆਰ ਹੈ, ਅਸੀਂ ਆਪਣੇ ਮਾਵਾਂ ਦੇ ਪੁੱਤਰ ਵੀ ਨਹੀਂ ਮਰਵਾਉਣੇ, ਇਸ ਕਰਕੇ ਅਸੀਂ ਬਿਲਕੁਲ ਪੀਸਫੁਲੀ, ਉਹ ਜਿਸ ਤਰ੍ਹਾਂ ਇੱਥੇ ਹਾਲੇ ਰੁਕੇ ਹੋਏ ਆ ਉੱਥੇ ਰੁਕਾਂਗੇ। ਦੇਖੋ ਸਰਕਾਰ ਨਾ ਇੱਕ ਬਰਤਾਂਤ ਸਿਰਜ ਰਹੀ ਆ ਵੀ ਇਹ ਟਰੈਕਟਰ ਟਰਾਲੀਆਂ ਛੱਡ ਕੇ ਪੈਦਲ ਆ ਜਾਣ, ਬੱਸਾਂ ਚ ਆ ਜਾਣ, ਟ੍ਰੇਨਾਂ ਚ ਆ ਜਾਣ, ਜਦੋਂ ਕਿ ਹਕੀਕਤ ਇਹ ਆ ਜਿਹੜੇ ਆਪਣੇ ਮੱਧ ਪ੍ਰਦੇਸ਼ ਚੋਂ ਜਾਂ ਰਾਜਸਥਾਨ ਚੋਂ ਸਾਥੀ ਆਏ ਸੀ ਟ੍ਰੇਨ ਰਾਹੀਂ, ਕਿਉਂਕਿ ਉਹਨਾਂ ਕੋਲ ਟਰੈਕਟਰ ਦਾ ਸਾਧਨ ਵੀ ਹੈ ਨਹੀਂ, ਉਹ ਵੀ ਇਹਨਾਂ ਨੇ ਗ੍ਰਿਫ਼ਤਾਰ ਕਰ ਲਏ, ਪਰ ਫਿਰ ਵੀ ਅਸੀਂ ਸਰਕਾਰ ਦਾ ਜਿਹੜਾ ਸਿਰਜਿਆ ਬਰਤਾਂਤ ਤੋੜਨ ਵਾਸਤੇ ਸਾਡੇ ਵੱਖ ਵੱਖ ਸਟੇਟਾਂ ਚੋਂ ਸਾਥੀ ਚੱਲ ਰਹੇ ਆ, 3 ਤੋਂ ਬਾਅਦ ਲਗਾਤਾਰ ਆਉਣੇ ਸ਼ੁਰੂ ਹੋ ਜਾਣਗੇ, ਉਹ ਤੁਸੀਂ ਦੇਖਿਆ ਜੇ ਵੀ ਇਹ ਸਰਕਾਰ ਉਹਨਾਂ ਨਾਲ ਕੀ ਵਿਹਾਰ ਕਰਦੀ ਆ ਆਪਾਂ ਨੂੰ ਪਤਾ ਲੱਗ ਜੂਗਾ। ਜੇ ਐਲਾਨ ਅਸੀਂ ਦਿੱਲੀ ਜਾਣ ਦਾ ਕੀਤਾ ਸੀ ਉੱਥੇ ਖੜੇ ਆ, ਸਿਰਫ ਇੱਥੇ ਅਸੀਂ ਰੁਕੇ ਤਾਂ ਵਾ ਅਸੀਂ ਆਪਦੀ ਮਰਜ਼ੀ ਨਾਲ ਰੁਕੇ ਹੋਏ, ਉਹਨਾਂ ਨੇ ਰੁਕਿਆ ਹੋਇਆ, ਉਹਨਾਂ ਨੇ ਬੈਰੀਕੇਡ ਲਾ ਕੇ ਰੁਕਿਆ ਹੋਇਆ, ਪਰ ਜਿਹੜਾ ਉਹ ਕਹਿੰਦੇ ਆ ਵੀ ਤੁਰ ਪੈਦਲ ਆ ਜਾਓ, ਅਸੀਂ ਦੂਜੇ ਸੂਬੇ ਨੂੰ ਕਿਹਾ ਵੀ ਜਾਓ ਪੈਦਲ ਵੀ ਜਾ ਕੇ ਦੇਖੋ ਭਾਈ, ਟ੍ਰੇਨਾਂ ਤਾਂ ਵੀ ਜਾ ਕੇ ਦੇਖੋ, ਆਉਣ ਵਾਲੇ ਦਿਨਾਂ ਚ ਆਪਣੇ ਸਾਹਮਣੇ ਆਜੂ, ਦਿੱਲੀ ਜਾਣ ਦਾ ਐਲਾਨ ਜਿਉਂ ਦਾ ਤਿਉਂ ਵਾ, ਇਹ ਨੀਗਾ ਵੀ ਅਸੀਂ ਅੱਜ